ਹਾਂਜੀ ਦੋਸਤੋ, ਇਸ ਵੇਲੇ ਦੀਆਂ ਦੇਖ ਰਹੇ ਹੋ ਤੁਸੀਂ ਕੈਨੇਡਾ ਦੇ ਬ੍ਰੈਂਪਟਨ ਸ਼ਹਿਰ ਦੀਆਂ ਲਾਈਵ ਤਸਵੀਰਾਂ, ਜਿੱਥੇ ਕਿ ਗੋਰਿਆਂ ਨੇ ਸੜਕ ਉੱਪਰ ਲਾ ਦਿੱਤਾ ਵੱਡਾ ਧਰਨਾ। ਧਰਨਾ ਲਾਉਣ ਤੋਂ ਪਹਿਲਾਂ ਸੜਕ ਕੀਤੀ ਜਾਮ, ਅਤੇ ਜਿੱਥੇ ਕਿ ਸੜਕ ਉੱਪਰ ਬੇਹੱਦ ਗੰਦ ਅਤੇ ਟਰੱਕਾਂ ਦੇ ਟਰੱਕ ਟਾਇਰਾਂ ਦੇ ਢੇਰ ਕਰ ਦਿੱਤੇ, ਜਿੱਥੇ ਕਿ ਦੋਸਤੋ ਲੋਕਾਂ ਨੂੰ ਲੰਘਣ ਦੇ ਲਈ ਬੇਹੱਦ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਸਰਕਾਰ ਤੋਂ ਮੰਗਾਂ ਮੰਗਣ ਦੇ ਲਈ ਪੰਜਾਬੀਆਂ ਨੇ ਦਿੱਤੀ ਗੋਰਿਆਂ ਨੂੰ ਰਾਏ, ਜਿੱਥੇ ਕਿ ਗੋਰਿਆਂ ਦੀ ਸਰਕਾਰ ਨੂੰ ਵੀ ਅੱਗੇ ਝੁਕਣਾ ਪੈ ਗਿਆ ਜਦੋਂ ਗੋਰਿਆਂ ਨੇ ਪੰਜਾਬੀਆਂ ਵਾਂਗ ਧਰਨਾ ਲਗਾ ਦਿੱਤਾ। ਜਿਵੇਂ ਕਿ ਦੋਸਤੋ ਕਿਸਾਨੀ ਅੰਦੋਲਨ ਦਿੱਲੀ ਦੀ ਹਿੱਕ ਉੱਪਰ ਲੱਗਿਆ ਸੀ, ਉਵੇਂ ਹੀ ਦੋਸਤੋ ਇਹਨਾਂ ਗੋਰਿਆਂ ਨੇ ਕੈਨੇਡਾ ਦੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਇੱਕ ਬੇਹੱਦ ਵੱਡਾ ਧਰਨਾ ਲਗਾ ਦਿੱਤਾ, ਜਿੱਥੇ ਕਿ ਗੋਰਿਆਂ ਦੀ ਸਰਕਾਰ ਨੂੰ ਇਹਨਾਂ ਆਮ ਲੋਕਾਂ ਦੀਆਂ ਮੰਗਾਂ ਮੰਗਣ ਦੇ ਲਈ ਬੇਹੱਦ ਹੋਣਾ ਪਿਆ ਮਜਬੂਰ। ਜਿੱਥੇ ਕਿ ਦੋਸਤੋ ਲੋਕਾਂ ਦੇ ਹੁਨਰ ਨੂੰ ਦੇਖ ਕੇ, ਪਰ ਜਦੋਂ ਕੈਨੇਡਾ ਦੀਆਂ ਸੜਕਾਂ ਬਿਲਕੁਲ ਜਾਮ ਹੋਈਆਂ ਤਾਂ ਫਿਰ ਇਹ ਖਬਰ ਆਲ ਵਰਲਡ ਵਿੱਚ ਫੈਲ ਗਈ, ਜਿੱਥੇ ਕਿ ਦੇਸ਼ ਭਰ ਦੀਆਂ ਸਰਕਾਰਾਂ ਨੇ ਕੈਨੇਡਾ ਦੀ ਸਰਕਾਰ ਨੂੰ ਲੱਖ ਲੱਖ ਲਾਹਨਤਾਂ ਪਾਈਆਂ।